ਟਿਊਸ਼ਨ ਤੇ ਨਹੀਂ ਪੜਾ ਮੀਰਲ ਸਰ ਮੀਰਲ ਕੋ ਨਹੀਂ ਪੜੇ ਖੱਪ ਜਾਂਦੀ ਮੀਰਲ ਮੀਰਲ ਨਹੀਂ ਨੇ ਜੋ ਹਜੇ ਤੇ ਛੁੱਟੀਆਂ ਹੀ ਨੇ ਇਹਨਾਂ ਨੂੰ ਬਾਲਾਂ ਵੱਡੀਆਂ ਨੂੰ ਮੀਰਲ ਆਪਣਾ ਪੜ ਲੈ ਬਹੁਤ ਬੜੀ ਬਾਤ ਹੈ ਨਹੀਂ ਤੋ ਅਭੀ ਸਟਾਰਟ ਹੀ ਨਹੀਂ ਨਾ ਹੋਈ ਨੋ ਕੀ 11 12 ਵਿੱਚ ਸੁੱਤੀਆਂ ਉੱਠਦੀਆਂ ਤੇ ਫਿਰ ਉਹ ਖਾ ਪੀ ਕੇ ਫਿਰ ਸਫਾਈਆਂ ਦਾ ਜਿਹਨੇ ਪੜਾਣਾ ਪੜਨਾ ਕਿਸ ਟਾਈਮ ਉਹ ਤੇ ਖਾ ਕੇ ਉੱਠ ਕੇ ਤੇ ਉੱਠ ਜਾਂਦੀ ਟਿਊਸ਼ਨ ਇਹ ਮਗਰੋਂ ਸਫਾਈਆਂ ਕਰ ਲੈਂਦੀਆਂ ਨੇ ਇਹ ਜਿੱਥੇ ਪਾਏ ਨਹੀਂ ਨੀ ਅਸੀਂ ਦਿੰਦੇ ਹਾਂ 1700 ਰੁਪਇਆ ਅੱਛਾ ਦੂਆ ਭੈਣ ਭਰਾਵਾਂ ਦਾ ਅੱਛਾ ਅਕੈਡਮੀ ਉੱਥੇ ਹੀ ਪੜ੍ਹਦੇ ਨੇ ਘਰ ਤੇ ਵੇਖ ਲੈ ਇੱਕ ਦਿਨ ਹੀ ਪੜ੍ਹਦੇ ਕੱਲ੍ਹ ਇਹਨੇ ਬਹਿ ਕੇ ਮੇਰੇ ਕੋਲ ਕੰਮ ਥੋੜ੍ਹਾ ਜਿਹਾ ਕੀਤਾ ਸੀ ਉੱਥੇ ਜਿਹੜਾ ਪੜ੍ਹ ਕੇ ਆਉਂਦੇ ਨੇ ਪੜ੍ਹ ਕੇ ਆਉਂਦੇ ਬਾਬਾ 3-4 ਘੰਟੇ ਪੜ੍ਹਾਉਂਦੇ ਹੋ ਅੱਛਾ ਸਾਢੇ ਚਾਰ ਸਕੂਲ ਵੰਗਰ ਤੁਸੀਂ ਇੱਧਰ ਹੋ ਜਾਣਾ ਮੈਂ ਇੱਧਰ ਹੋ ਜਾਣੀ ਹਾਂ ਇਸ ਪਾਸੇ ਇਹਦੇ ਵਾਲਾਂ ਨੂੰ ਨਾ ਬਾਜੀ ਤੇਲ ਆਇਆ ਕਰ ਭਾਰੇ ਹੋ ਜਾਣਗੇ ਨਹੀਂ ਵਾਲ ਹੁੰਦੇ ਸੋਹਣੇ ਨੇ ਇਹਦੇ ਵਾਲ ਸਿਲਕੀ ਸੁ ਲੇਕਿਨ ਭਾਰੇ ਨਹੀਂ ਸੁਣਾ ਆਇਆ ਉਹ ਜੋ ਛੋਟੀ ਅਲਬੇਲੀ ਹੈ ਨਾ ਉਹਦੇ ਵੀ ਪਤਲੇ ਨੇ ਬਾਬਲੀ ਉਹ ਨਹੀਂ ਡੇਡੇ ਹੋ ਗਏ ਸੀ ਦੋ ਪੋਨੀਆਂ ਅੱਜ ਕਰਕੇ ਗਈ ਮਾਸੀ ਘਰ ਰੈਡ ਸੂਟ ਮੇਰੀ ਕਿੱਡੀ ਸੋਹਣੀ ਧੀ ਹੈ ਮੈਂ ਬੜੀ ਸੋਹਣੀ ਪੀਣੀ ਪਦਕੜੀ ਤੇਰੀ ਧੀ ਹੁੰਦੀ ਧੀ ਨੂੰ ਮੈਂ 4 ਸਾਲ ਬਾਅਦ ਗਈ ਸੀ ਆਂਟੀ ਨੂੰ ਮਲਾਪੜੀ ਬੜੀ ਜੇ ਆਂਦੀ ਮੈਂ ਕਿਹਾ ਐਡੀ ਕੋਝੀ ਰੋਂਦੀ ਤੀ ਰੋਂਦੀ ਰਹਿੰਦੀ ਆਂਦੀ ਹੈ ਦਾਦੋ ਆਪਨੇ ਜਦ ਬੱਚੇ ਕੱਪੜੇ ਡਾਲ ਲਏ ਤੇ ਸ਼ਾਦੀ ਪੀ ਗਈ ਸੀ ਮੈਂ ਕਹਿ ਰਹੀ ਸੀ ਮੇਰੀ ਦਾਦੋ ਬੜੀ ਪਿਆਰੀ ਲੱਗ ਰਹੀ ਹੈ ਆ ਮੁਝੇ ਗੰਦੀ ਕਹਿਤੀ ਹੋ ਮੈਂ ਕਿਹਾ ਨਹੀਂ ਭੈਣ ਤੂੰ ਨਹੀਂ ਸੋਹਣੀ ਬੱਚੇ ਕਿੱਥੇ ਗਏ ਆ ਉਹ ਉੱਤੇ ਪਿਓ ਹੁਣ ਚੜਾ ਥੜੇ ਮੈਂ ਬਸ ਸਾਰਾ ਦਿਨ ਗੁੱਡੀਆਂ ਤੇ ਗੁੱਡੀਆਂ ਬਸ ਹੁਣ ਚੱਲੇ ਨੇ ਟਿਊਸ਼ਨ ਇਸ ਵੇਲੇ ਟੁੱਟ ਜਾਂਦੇ ਨੇ ਤੇ ਅੱਜ ਸੰਡੇ ਵੇ ਬਾਜੀ ਨੂੰ ਕਾਲ ਪਈ ਮੈਂ ਨਾ ਟਿਊਸ਼ਨ ਕਰ ਲਾਂ ਇਹ ਸਭ ਕੀ ਦਾਦੋ ਐਸੇ ਹੈ ਸਭ ਕੀ ਦਾਦੋ ਐਸੇ ਕਰ ਲੇਕਿਨ ਦਾਦੋ ਕੋ ਫਿਕਰ ਵੀ ਮਾਣੀ ਪੜੀ ਹੋਤੀ ਹੈ ਆਧੀ ਰਾਤ ਕੋ ਦਾਦੋ ਕੋ ਚੈਨ ਨਹੀਂ ਹੁੰਦਾ ਗਏ ਹਮਾਰੀ ਤਬੀਅਤ ਖਰਾਬ ਰਾਤ ਆਧੀ ਰਾਤ ਕੋ ਛੁੱਟੇ ਵਾਰੀ ਹਮੇ ਕੰਬਲ ਦੇ ਰਹੀ ਹੋਤੀ ਹਮਾਰੀ ਹਮੇ ਖਾਣੇ ਪੀਣੇ ਕੇ ਲਈ ਦੇ ਰਹੀ ਹੋਤੀ ਅੱਛੀ ਬਾਤ ਹੈ ਨਾ ਸੁਬਾ ਨਾਸ਼ਤਾ ਫਿਰ ਰੋਜ਼ੀ ਨੇ ਬਣਾਇਆ ਕਿ ਤੁਸੀਂ ਨਹੀਂ ਬਣਾ ਕੇ ਖਵਾ ਪਿਆ ਕੇ ਗਈ ਕੰਮ ਕਰਕੇ ਗਈ ਉਹ ਇਹ ਅੱਛਾ ਸਵੇਰਾ ਵੱਲ ਵੀ ਜਾਂਦੀ ਹੈ ਨਾ 11-12 ਵਜੇ ਜਾਂਦੀ ਹੈ ਦੋ ਤਰ੍ਹਾਂ ਕੇ ਮੇਰੇ ਤਿੰਨ ਚਾਰ ਲਾ ਆਉਂਦੀ ਤੇ ਆ ਜਾਂਦੀ ਘਰ ਪਕਾ ਖਵਾ ਕੇ ਕੰਮ ਕਰਕੇ ਜਾਂਦੀ ਆ ਕੇ ਫਿਰ ਤੁਹਾਨੂੰ ਪਕਾ ਖਵਾ ਕੇ ਕਰ ਫਿਰ ਵੀ ਨਾਲ ਤੁਸੀਂ ਥੋੜਾ ਬਹੁਤ ਦਾਦੀ ਪੁੱਤਰੀ ਕਰ ਦਿਆ ਕਰੋ ਰੋਜ਼ੀ ਕਰਦੀ ਸਬਜ਼ੀ ਬਣਾ ਛੜੀ ਔਰ ਆਨ ਤੱਕ ਰੱਖ ਛੜੀ ਆਟਾ ਗੁੰਨ ਛੜਿਆ ਰੋਟੀਆਂ ਬਣਾ ਛੜੀ ਨਹੀਂ ਰੋਜ਼ੀ ਸਾਰਾ ਇਹੋ ਜਿਹਾ ਕੰਮ ਰੋਜ਼ੀ ਕਰ ਲੈਂਦੀ ਹੈ ਸਬਜ਼ੀ ਪਤਾ ਕਿ ਬੰਦਾ ਥੱਕ ਜਾਂਦਾ ਨਾ ਉਹ ਵੀ ਇੱਕ ਇਨਸਾਨ ਹੈ ਮਾਮਾ ਜੋ ਅੱਛਾ ਫਿਰ ਉਹ ਲੈ ਕੇ ਗਏ ਸੂਟ ਘਰ ਪੇਕੇ ਆਹੋ ਆਂਦੀ ਸੀ ਆਂਟੀ ਮੈਂ ਚਾਏ ਬਣਾਈ ਹੈ ਹਾਂ ਮੈਂ ਤਾਂ ਆਪਣੇ ਮਹਿਮਾਨਾਂ ਨੂੰ ਪਿਆ ਮੈਂ ਚਾਏ ਸੁਬਾ ਪੀ ਕੋਈ ਗੈਸਟ ਆਏ ਸਨ ਆ ਤੈਨੂੰ ਦੱਸਿਆ ਤਾਂ ਫੁੱਫੀ ਆਈ ਸੀ ਫੁੱਫੀਆਂ ਦੀਆਂ ਆਈਆਂ ਸੀ ਉਹੀ ਜਿਹੜੀ ਫੁੱਫੋ ਰਹਿੰਦੇ ਨੇ ਉਹੀ ਅੱਜ ਆਈ ਸੀ ਅੱਛਾ ਅੱਛਾ ਰਾਜੀ ਕੁਛ ਕੁਛ ਬਾਲ ਨਾ ਅੰਦਰ ਟੁੱਟੇ ਹੋਏ ਆ ਇਸ ਦਾ ਮਤਲਬ ਹੈ ਕਿ ਨੇ ਆ ਰਹੇ ਹੈ ਹਨਾ ਮੈਨੂੰ ਤਾਂ ਚਿੱਟੇ ਵਾਲਾਂ ਨਾਲ ਬਾਜੀ ਇੰਨੀ ਹਾਰਸ਼ ਹੁੰਦੀ ਹੈ ਬਈ ਪਤਾ ਨਹੀਂ ਮੇਰੇ ਤੇ ਕੰਮ ਵਾਲੀ ਨੇ ਪਰਸੋਂ ਚੌਥ ਵਾਇਆ ਮੈਂ ਆਪਣਾ ਸਿਰ ਤਕਰੀਬਨ ਬੜੇ ਸਫੇਦ ਹੋ ਗਏ ਨੇ ਸਾਰੇ ਮੈਨੂੰ ਤਾਂ ਨਹੀਂ ਹੁੰਦੀ ਨਵੀਂ ਬੜੀ ਹੁੰਦੀ ਹੈ ਧੋਣ ਵਾਲਾ ਹੋਵੇ ਤਾਂ ਫੇਰ ਹੁੰਦੀ ਹੈ ਨਹੀਂ ਨਹੀਂ ਮੈਂ ਤਾਂ ਤੁਹਾਨੂੰ ਪਤਾ ਦੂਸਰੇ ਤੀਸਰੇ ਦਿਨ ਮੈਂ ਲਾਜ਼ਮੀ ਨਹਾਉਂਦੀ ਹਾਂ ਮੈਨੂੰ ਖਾਰਸ਼ ਹੋਰੀ ਵਜ੍ਹਾ ਨਾਲ ਹੁੰਦੀ ਹੈ ਬੜੀ ਹੈ ਪੁੱਤਰ ਇੱਧਰ ਇਸ ਸਾਈਡ ਪੇ ਨਹੀਂ ਹੈ ਦਰਮਿਆਨ ਮੇਂ ਤੋ ਬਹੁਤ ਜ਼ਿਆਦਾ ਹੈ ਜਿੱਦਾਂ ਖਾਰਸ਼ ਕਰ ਰਹੀ ਹੈ ਤੇ ਬੜੀ ਸਿਕਰੀ ਹੈ ਕਾਟਨ ਬੈਡਸ ਹੈ ਆਪ ਲੋਗੋਂ ਕੇ ਘਰ ਮੇਂ ਯੈਸ ਹੈ ਆਪਕੇ ਕਾਨ ਸਾਫ ਕਰੂੰ ਨਹੀਂ ਹੈ ਨਹੀਂ ਉਹ ਬਹੁਤ ਦਰਦ ਹੋਤੀ ਹੈ ਕਾਨ ਸਾਫ ਕਰਨੇ ਕੀ ਵੀ ਹਮਨੇ ਵੀਡੀਓ ਬਣਾਈ ਹੈ ਹਾਂ ਸੀਰੀਅਸਲੀ ਜ਼ੁਹੇਰ ਕੀ ਔਰ ਜ਼ਾਇਨਾ ਕੀ ਉਹ ਤੇ ਇਤਨੀ ਪਸੰਦ ਕੀ ਗਈ ਹੈ ਉਹ ਕਈ ਆਪਣੇ ਬੱਚੋਂ ਕੇ ਕਾਨ ਸਾਫ ਕਰਤੀ ਹੈ ਨਾ ਫਿਰ ਮਦਰਸ ਉਹ ਫਿਰ ਇਸ ਸੈਂਸ ਮੇਂ ਆ ਜਾਤਾ ਨਾ ਕਿ ਮਾਂ ਆਪਣੇ ਬੱਚੋਂ ਕੀ ਉਹ ਕਾਨ ਵੀ ਸਾਫ ਕਰ ਰਹੀ ਹੈ ਨੇਲਸ ਵੀ ਕਾਟਤੀ ਹੈ
ऐसे हो जाता। तेल मंगवाओ उस भाजी ने तेल ला दो। फिर आप क्यों पकड़े? मामा देखे मैंने बाल बनाए हैं, मैं राजा लग रहा हूँ ना, राजा देखे मामा, हीरो लग रहा हूँ ना, हीरो। यहाँ पे छतों पर चढ़ते हैं लोग, कोई नहीं चढ़ते हैं। ये जो साथ वाला घर है, ये वो है इनका याले वगैरह का है, बिल्कुल साथ ही। हाँ है, अच्छा इनका तो काफी बड़ा नहीं लग रहा आप लोगों से, ऊपर तो कभी भी नहीं चढ़ी नजर आई, चढ़ती हैं पूरा दिन, तो वो घूमती रहती है, अब वो तो एक मिनट घर नहीं बैठती है। क्यों? वैसे फिरने का बहुत शौक है सबको, उसकी मामा तो स्टिच करती हैं, मामा से शॉपिंग शॉपिंग, उसकी शादी वगैरह हो गई। नहीं वैसे ही घूमती रहती है, कभी किसी के घर कभी किसी के घर। अच्छा चाची लोग के घर। अच्छा एक और फैमिली भी तो है ना इधर, चले गई बाजी के ससुराल में, एक और फैमिली भी है बाजी, तुहाडे एक होर देवर नहीं रहिंदे इत्थे? ओह जिन्हां दी नूह यंग सारी सी उस दिन आई सी, मैं तुहानूं दस नहीं सकी, जिहड़ा बेबी भी सी होण वाला, कहिंदे सी दूसरी जगह आई है। हां हां तुहाडी देवरानी नहीं लगदी? आहो देवरानी। ओए आ जाओ बैठो, ओह कहिंदी इत्थों चले गए ने। हां तेल दो। हजे नहीं बाजी, ओह बाद च लावांगे, ए वेखो सो कहिंदी खुशकी। आहो ए खुर खुरचो सो इधरों चीरा आ जाएगा, कहिंदा फिर आपने क्यों पकड़ा है? अगो चुप करिए, फिर आपने क्यों पकड़ा है? मूसा नहीं आया? नहीं मैं वेख्या दूसरे वाला, ओ इहदे नाल मेरे ख्याल च हुंदा। मेरे ख्याल से जो असीं ऐसा तो पौने एक होया सी, हुण दो दो ढाई हो गए ने। सारा दा फिर और बेटी दा हो गया, सू जिठानी दा चिला देवरानी दा तस्वीर लाइया होंदिया सो अक्सर स्टेटस ते। अच्छा और मियां आ गया हजे नहीं बाजी, बाद च लाने सड़क ते। अच्छा नीचे आलियां भी दसियां सी, उन्हां दा भी भरा इंग्लैंड हुंदा ना, उन्हां सब छे महीने वास्ते उत्थे ते लग गया। रोजी इधर नहीं है वैसे सिकरी। आहो इत्थे बहुती आवे ना। अच्छा ए की हिसाब है इत्थे क्यों ज्यादा हुंदी है? रे शैंपू इत्थे सुट्टी दा मैं ते ज्यादा शैंपू लगा हां लगाती हूं ये यहां पे ये छोटे बालों पे। मैं तो मग्गे में थोड़ा सा डाल के ना मिस करके तो पानी डाल के इतना से लेती हूं, वो भी एनजी करती हूं, ऊपर डाल के मैं पानी डाल देती हूं, स्वास्थ्य करके वास्ते लगा लेती हूं। डायरेक्ट लगाए ना रोजी, वो उसमें ये मुकद्दस कहते हैं केमिकल बड़े होते हैं, मिक्स करके लगाना चाहिए पानी में। हां उन्होंने अपने शैंपू च पानी पाया है तो मेरा सिर ही नहीं उंज साफ होता मैं पानी वाले दे नाल, मैं पानी पा के कर लूं।
ਪਿੱਛੇ ਕਰ ਬਾਰ ਬਾਰ ਹਰਸ਼ ਕਰ ਉਸ ਦਿਨ ਇੰਟਰਵਿਊ ਕਰਦੇ ਸਾਂ ਤੇ ਮੈਂ ਵੇਨੀ ਸਭੀ ਵੀਡੀਓ ਦੇ ਵਿੱਚ ਇਹ ਗੰਜ ਇੱਥੋਂ ਨਜ਼ਰ ਆਉਂਦਾ ਸੀ ਮੈਂ ਉਹਨੂੰ ਦੱਸਾਂ ਨਾ ਮੈਂ ਕਿਹਾ ਇੰਨੇ ਘਨੇ ਵਾਲ ਹੁੰਦੇ ਸਾਂ ਬੜੇ ਭਾਰੇ ਵਾਲ ਸਨ ਇਹ ਹੁਣ ਤਾਂ ਬਦਲ ਕਰਾਵਾ ਸਾਰੇ ਭਰਾਵਾਂ ਦੇ ਇਹ ਸੀਬ ਹਾਂ जब मैं जाती हूँ ना तो दहेज तो जाना मेरे सास होते ने फुफो मोटी मैं पतलू जैना इधर इधर ही रहना आगे नहीं जाना मेरे बेटे इधर आ जाओ भाई इधर देखो इधर बैठो मेरे बेटे गैस तो सुना एक दिन मौज बहार चढ़िया मौज पानी मंगे खांसी ना रुके फिर मैं कागज बाल के फिर पानी करके दिता क्यों सिलेंडर वगैरह नहीं सी ਸਿਲੰਡਰ ਜਿਹੜਾ ਮਸਜਿਦ ਵਾਲਿਆਂ ਨੇ ਖੜਿਆ ਤੇ ਉਹਨਾਂ ਕੋਲ ਅਸਾਂ ਲਿਆਂਦਾ ਹੀ ਅੱਛਾ ਉਹਨਾਂ ਨੂੰ ਆਂਦਾ ਮੈਂ ਲੈ ਆਉਂਦੇ ਹਾਂ ਕਿਹੜਾ ਮੁੱਲ ਦਿੱਤਾ ਹਾਂ ਮੈਂ ਨਹੀਂ ਚੱਲ ਹੋਰ ਤਾਂ ਅਸੀਂ ਕੁਝ ਦੇਣੇ ਤੇ ਬੰਦੇ ਹੁੰਦੇ ਹੁੰਦੇ ਨਾ ਮਸਜਿਦ ਚ ਹਾਂ ਹਾਂ ਚਾਹ ਚੂ ਬਣਾ ਕੇ ਪੀ ਲੈਂਦੇ ਤੇ ਤੁਹਾਡੇ ਤੇ ਦੋ ਸਿਲੰਡਰ ਨਹੀਂ ਸਨ ਦੋ ਸਨ ਉਹਦੇ ਤੇ ਦੂਸਰੇ ਤੇ ਲੱਗਾ ਪੋਣੇ ਸੀ ਅੱਛਾ ਦੋ ਸਨ ਉਹ 300 ਦਾ ਗੈਸ ਰਕਸ਼ੇ ਵਾਲੇ ਨੂੰ ਦੇ ਚੜਿਆ ਸੀ ਉਹਦੇ ਤੇ ਨਹੀਂ ਸੀ ਨਾ ਲੱਗਾ ਉਹ ਰਕਸ਼ੇ ਦਾ ਹੀ ਸੀ ਅੱਛਾ ਉਹ 300 ਦੇ ਦੇ ਚੜਿਆ ਤੇ ਜਿਹੜਾ ਸਿਲੰਡਰ ਵਾਲਾ ਸੀ ਮਸਜਿਦ ਵਾਲਿਆਂ ਨੇ ਖੜਿਆ ਤੇ ਪਹੁੰਚਾਉਂਦੇ ਮੈਂ ਲਿਆ ਦੇਣਾ ਵਾ ਮੈਂ ਰਹਿਣ ਦੇ ਹੋਰ ਤਾਂ ਕੁਛ ਕੰਦਰ ਦੇ ਲੈਣੇ ਚਲੋ ਸਰਦੀ ਸੁਰਦੀ ਰਾਤ ਸਾਰੀ ਜਾ ਕੇ ਭਾਬੀ ਜਿਹੜੇ ਨਾ ਬੜੀ ਇਬਾਦਤ ਕਰਦੇ ਇਹ ਭਾਬੀਆਂ ਦਾ ਹੈ ਮਸਜਿਦ ਭਾਬੀ ਹੁੰਦੀ ਅੱਛਾ ਇਹ ਕਿਧਰ ਬਾਰਿਸ਼ ਵੀ ਹੁੰਦੀ ਹੈ ਵੀ ਨਾਲ ਠੰਡੀ ਵਾ ਕੱਲ੍ਹ ਹੋਈ ਹੈ ਲਾਹੌਰ 'ਚ ਬਾਰਿਸ਼ ਹਾਂ ਛੋਟੀਆਂ ਹਲਕੀਆਂ ਹਲਕੀਆਂ ਕਣੀਆਂ ਨਹੀਂ ਇੱਥੇ ਵੀ ਹੋਈ ਸੀ ਕੱਲ੍ਹ ਰਾਤ ਨੂੰ ਹੋਈ ਸੀ ਅੱਜ ਰਾਤ ਨੂੰ ਹੋਈ ਸੀ ਅੱਜ ਵੀ ਹੋਈ ਸੀ ਰਾਤ ਨੂੰ ਤਰੇਲ ਵੀ ਨਾ ਪੈਂਦੀ ਹੋਏ ਬਾਜੀ ਤਰੇਲ ਯਹਾਂ ਸੇ ਮੈਂ ਕਰ ਤੋ ਰਹੀ ਹੂੰ ਆਪਕੀ ये तेल से ही बैठेगी ऐसे तो उखड़ती रहेगी ना अभी दादा मुझसे पूछती है ना वो कहते पहले ये बन जाए ना मैनू जल्दी भी नहीं भुख नहीं तो घर मैनू लाओ नहीं नहीं मैं खानी हाँ ਤਿੰਨ ਚਾਰ ਵਜੇ ਰੋਟੀ ਖਾਂਦੀ ਜਾ ਜਦੋਂ ਟਿਊਸ਼ਨ ਜਾਏਗੀ ਉਦੋਂ ਮੈਂ ਕੁਛ ਮੈਂ ਅੱਗੇ ਮਾਸਾ ਮਾਸ ਮੋਟੀ ਨੀ ਆ ਟਾਈਮ ਨਾਲ ਰੋਟੀ ਤੇ ਖਾਂਦਾ ਨਾ ਜੋ ਰੁਕੀ ਸੋ ਬੰਦਾ ਖਾਂਦੀ ਨੀ ਦਾਦੂ ਮੈਂ ਆਪ ਖਾਲੂ ਕਰੂੰਗੀ ਅੱਜ ਕੱਲ੍ਹ ਦੀਆਂ ਕੁੜੀਆਂ ਬਾਜੀ ਇੰਜੀ ਕਰਦੀਆਂ ਕਈ ਕੁੜੀਆਂ ਨੇ ਚੜਦੀਆਂ ਰਹਿੰਦੀਆਂ ਨੇ ਸਾਰਾ ਦਿਨ ਕੁੜੀਆਂ ਚੜਦੀਆਂ ਨੇ ਫਿਰ ਉਹਨਾਂ ਦੇ ਜਿਸਮ ਇੰਜੀ ਹੋ ਜਾਂਦਾ ਕੱਲ ਮੈਂ ਮੀਰਾ ਦਾ ਸੂਟ ਲੈ ਕੇ ਮੀਰਾ ਫਟਾਫਟ ਨਾ ਨਾ ਬੈਠੋ ਸੇਬ ਇੱਕ ਸੇਬ ਕੱਟਿਓ ਦੋ ਮਸੰਮੀ ਕੱਟਿਓ ਦੋ ਕੇਲੇ ਖਾਏ ਹਾਂ ਤਾਂ ਕਹਿ ਰਹੀ ਆ ਮੇਰੇ ਪਾਪਾ ਆਏ ਆ ਫਰੂ ਨਹੀਂ ਮੁੱਕਣੇ ਦਿੱਤੇ ਉਹਨਾਂ ਦੀ ਜਾਂ ਨਹੀਂ ਝੂਠ ਗਿਆ ਤੂੰ ਤੇ ਮੇਰਾ ਪਾਪਾ ਟਿਕਣ ਨਹੀਂ ਦਿੰਦੇ ਜਿਸਕੀ ਉਹ ਬੜੀ ਸ਼ਕੀਨ ਹੈ ਫਰੂ ਦੀ ਅੱਛਾ ਕਰਦੀ ਨੇ ਬਾਜੀ ਮੈਨੂੰ ਤੰਗ ਕਰਕੇ ਆਖਿਆ ਦੀ ਆ ਚੀਜ਼ ਮੁੱਕੀ ਲਿਆ ਕੇ ਦਿਓ ਨਾ ਕੱਲ ਸਾਡੇ ਘਰ ਤੁਹਾਨੂੰ ਪਤਾ ਸਾਡਾ ਤਾਂ ਫਰੂਟ ਪਤਾ ਨਹੀਂ ਕੱਲ ਨਹੀਂ ਸੀ ਜੋ ਇੱਧਰ ਆਣਾ ਹੋਇਆ ਨਾ ਸੀ ਗੁਜਰਾਂ ਵਾਲਾ ਫਿਰ ਫਰੂਟ ਨਹੀਂ ਲੈ ਕੇ ਆਉਂਦੇ ਕਿ ਪਿੱਛੋਂ
ਖਰਾਬ ਹੋ ਜਾਣ। ਓਲਾ ਵਾਲੇ ਹੀ ਸੰਭਲ ਘਰ ਮਿਲਾ ਸੀ, ਉਹਨੇ ਅੱਧੀ ਦਰਜਨ ਕੇਲੇ ਅਤੇ ਤਿੰਨ ਚਾਰ ਸੇਬ ਨਾਲ ਕਲ ਚੜੇ। ਮੈਂ ਕਿਹਾ ਅੱਲਾ ਤਾਲਾ ਕਹਿੰਦੇ ਨੇ ਗੋਸ਼ਤ ਮੰਗਣ ਵਾਲਿਆਂ ਨੂੰ ਗੋਸ਼ਤ, ਮੈਂ ਕਿਹਾ ਮੇਰਾ ਪੁੱਤਰ ਫਰੂਟ ਮੰਗਦਾ ਸੀ ਵੀ ਅੱਲਾ ਨੇ ਫਰੂਟ ਕਲ ਚੜਿਆ। ਉਸੇ ਟਾਈਮ ਜਦੋਂ ਗੱਲ ਕਰਦਾ ਨਾ ਪਿਆ, ਨੀਚੇ ਬੈਲ ਲਈ ਉਹਨੇ, ਇੰਨੀ ਪਲੇਟ ਚਾਵਲਾਂ ਦੀ ਅਤੇ ਖੀਰ ਸੀ, ਬੜੀ ਮਜ਼ੇ ਖੀਰ ਤਾਂ ਬੜੀ ਮਜ਼ੇ ਦੀ, ਬੜੀ ਮਜ਼ੇ ਦੀ ਬਣਾਈ ਸੱਸੂ, ਮੈਨੂੰ ਬੜਾ ਮਜ਼ਾ ਆਇਆ। ਚਾਵਲਾਂ 'ਚ ਜ਼ਰਾ ਮਿਰਚ ਕਰਾ ਲਈ ਸੀ, ਉਹ ਮੁਕੱਦਸ ਨੇ ਸੁਬਹਾ ਖਾਧਾ ਨੇ। ਮੇਰੇ ਕੋਲ ਆਪਣੀ ਮਿਰਚ ਪਰਸੋਂ ਮੱਝ ਚੋਂ ਲੈ ਆਇਆ ਸੀ ਮੋਏ ਚਾਹ ਦੇ, ਮੇਰੇ ਕੋਲ ਨਹੀਂ ਸਭ ਖਾਧੇ ਗਏ, ਇੰਨੀ ਮਿਰਚ ਸੀ ਵਿੱਚ। ਮੇਰੇ ਨਾਕ ਮੇਂ ਸੇ ਪਾਣੀ ਨਿਕਲਤਾ ਜਾਂ ਮਿਰਚ ਤੇਜ਼ ਹੋ ਨਾ। ਅਤੇ ਕਈ ਬਾਜੀ ਰੁੱਖਾ ਸਾਲਣ ਬੱਚੇ ਖਾਈ ਜਾਂਦੇ ਜੇ ਕਈਆਂ ਦੇ, ਆਰਾਮ ਖਾਧੇ ਤਾਂ ਰੁੱਖਾ ਆਰਾਮ, ਤਾਂ ਹੀ ਲਾਲ ਸੁਬਹਾ ਲਾਲ ਮਿਰਚ ਖਾਂਦਾ। ਮੇਰੀ ਤਾਂ ਸਾਈਡ ਥੱਕ ਗਈ ਹੈ, ਇੱਧਰ ਕਰ ਜਾ, ਆ ਜਾ ਹੱਥ, ਜੋ ਚੀਜ਼ਾਂ ਨਾ ਸਿਰ ਰੱਖ ਲੈਣੀ ਹੈ ਇੱਧਰ, ਹਾਂ ਇੰਝ ਕਰ ਲੈਣੀ ਆ। ਐਤਕਾਂ ਜੇ ਨਾ ਸਰਦੀ ਸਹੀ ਖੁੱਲ੍ਹ ਗਈ ਨਹੀਂ ਬਾਜੀ ਪੈਂਦੀ, ਮੈਂ ਅੱਜ ਸਵੈਟਰ ਪਾਇਆ ਫਸਟ ਟਾਈਮ, ਨਹੀਂ ਤਾਂ ਮੈਂ ਸ਼ਾਲ ਪਾਈ ਮੋਢੇ ਵਾਲਾ ਸਵੈਟਰ ਪਾਇਆ ਸੀ ਅਤੇ ਅੱਜ ਲੱਗੇ ਮੇਰੇ, ਤਾਂ ਮੈਂ ਨੰਗੀ ਹਾਂ ਮੇਰੇ ਵਿੱਚ ਪਰ ਸਰਦੀ ਵੜਦੀ ਜਾਏ, ਫਿਰ ਮੈਂ ਆਹ ਕੋਟੀ ਕੱਢ ਕੇ ਪਾਈ ਅਤੇ ਤਾਂ ਮੈਨੂੰ ਸਕੂਨ ਮਿਲਿਆ। ਅੱਜ ਲੱਗੇ ਮੈਂ ਮੋਢੇ ਵਾਲਾ ਪਾਇਆ ਸੀ, ਅੱਜ ਲੱਗੇ ਜੀ ਮੇਰਾ ਮਤਲਬ ਕੱਪੜੇ ਨਹੀਂ ਪਾਏ ਅਤੇ ਮੈਨੂੰ ਇੰਨੀ ਸਰਦੀ ਪੀ ਲੱਗੇ, ਫਿਰ ਮੈਂ ਆਹ ਕੱਢ ਕੇ ਅਤੇ ਪਾਈ, ਮੈਂ ਕਿਹਾ ਕਮ ਸੇ ਕਮ ਇਹਦੇ ਨਾਲ ਨਿੱਘਾ ਤਾਂ ਰਹਿੰਦਾ, ਫਿਰ ਮੈਂ ਮੋਢਾ ਰਾਤ ਮੇਰੇ ਪੀੜ ਕਰਦਾ ਰਿਹਾ, ਪਤਾ ਨਹੀਂ ਕਿਹੜੇ ਵੇਲੇ ਜਾ ਕੇ ਸਕੂਨ ਆਇਆ। ਮੇਰੇ ਕੋਲ ਨਹੀਂ ਕੋਟੀ, ਮੈਂ ਰਾਤ ਪਾ ਕੇ ਸੌਂਦੀ ਹਾਂ, ਲੋਕ ਰਾਤ ਨੂੰ ਲਾ ਕੇ ਸੌਂਦੇ ਨਾ, ਮੇਰੇ ਕੋਲ ਨਹੀਂ ਸੁੱਤਾ ਜਾਂਦਾ, ਸਿਰ 'ਤੇ ਵੀ ਚੱਦਰ ਜਾਂ ਕੱਪੜਾ ਲਪੇਟ ਕੇ ਸੌਵਾਂਗੀ, ਉਂਝ ਨਹੀਂ ਮੈਨੂੰ ਆਪ ਹੀ ਸਿਰ ਨੂੰ ਬੜੀ ਠੰਡ ਲੱਗਦੀ ਜੀ। ਫਿਰ ਅੱਧੀ ਰਾਤ ਹੁੰਦੀ ਤਾਂ ਗਰਮੀ ਨਿਕਲ ਲੱਗਦੀ ਹੈ, ਫਿਰ ਪੈਰ ਕੱਢਣੇ ਹੁੰਦੇ ਨੇ। ਮੇਰੇ ਮੀਆਂ ਕਿਸਾਨ ਬੜੇ ਪਿਆਰੇ ਆ, ਛੋਟੇ ਛੋਟੇ ਆਵਾਂ ਦੇਖੋ, ਸਾਡੇ ਸਾਰਿਆਂ ਦੇ ਛੋਟੇ ਭੈਣ ਭਰਾਵਾਂ ਦੇ ਛੋਟੇ ਛੋਟੇ ਕਾਨ ਆ। ਸਾਰੀਆਂ ਦੇ ਖਾਨਦਾਨ ਦੇ ਨਾ ਦੰਦ ਛੋਟੇ ਨੇ, ਦੰਦ ਛੋਟੇ, ਦੰਦ ਹੋਂਠ ਬੜੇ ਸੋਹਣੇ ਪਤਲੇ ਪਤਲੇ ਹੋਂਠ, ਛੋਟੇ ਛੋਟੇ ਦੰਦ, ਸਾਰੇ ਭੈਣ ਭਰਾ ਨੇ ਵੇਖੇ ਨੇ ਜੀ, ਮੈਂ ਨਹੀਂ ਹੋਰ ਕੀਤਾ, ਮੇਰੇ ਦੰਦ ਵੱਡੇ ਨੇ ਜ਼ਰਾ, ਬੱਚਿਆਂ ਸਾਰਿਆਂ ਦੇ ਦੰਦ ਬੜੇ ਸੋਹਣੇ, ਮੇਰੇ ਵੀ ਦੰਦ ਬੜੇ। ਤੇਰੇ ਦਾਦੇ ਨੂੰ ਤੇ ਆਪਣੇ ਨਾਲ ਹਰ ਚੀਜ਼ ਦੀ ਕੰਪਲੇਨ ਹੈ, ਅੱਲਾ ਕਾ ਸ਼ੁਕਰ ਅਦਾ ਕਰਨਾ ਚਾਹੀਏ, ਕਈ ਵਿਚਾਰੋਂ ਕੇ ਨਕਸ਼ ਨਹੀਂ ਅੱਛੇ, ਕਈਓਂ ਕੇ ਬਾਲ ਨਹੀਂ, ਅੱਲਾ ਨੇ ਅੱਲਾ ਕਾ ਸ਼ੁਕਰ ਹੈ ਕਿ ਜੈਸਾ ਵੀ ਬਣਾਇਆ ਬੜਾ ਅੱਛਾ ਬਣਾਇਆ। ਮੈਂ ਜੇ ਅਬ ਇਤਨਾ ਸ਼ੌਕ ਹੈ ਮੇਰੇ ਬਾਲ ਸਿਲਕੀ ਹੋਤੇ, ਤੋ ਮੇਰੇ ਮੀਆਂ ਕਹਤੇ ਹੈ ਲੋਕ ਸ਼ੁਕਰ ਅਦਾ ਕਰਤੇ ਹੈ ਕਿ ਕਾਲੇ ਸਿਆਹ ਬਾਲ ਹੋਂ, ਆਪਕੇ ਕਾਲੇ ਸਿਆਹ ਬਾਲ ਹੈ, ਤੋ ਫਿਰ ਮੈਂ ਆਪ ਸ਼ੁਕਰ ਅਦਾ ਕਰਤੀ। ਸਹੀ ਗੱਲ ਸਭਾ, ਮੇਰੇ ਆਪਣੇ ਇੰਨੇ ਕਾਲੇ ਸਿਆਹ ਵਾਲ ਹੁੰਦੇ ਸਨ, ਬੀਬੀਆਂ ਨੇ ਪੁੱਛਣਾ ਨਹੀਂ ਧੀਏ ਕੀ ਲਾਉਣੀ ਹੈ ਵਾਲਾਂ ਨੂੰ, ਮੈਂ ਕਿਹਾ ਅੰਮਾ ਜੀ ਮੈਂ ਕੁਛ ਨਹੀਂ ਲਾਉਂਦੀ ਮੇਰੇ, ਅਤੇ ਉਹ ਓਨੇ ਹੀ ਜਲਦੀ ਚਿੱਟੀ ਹੋ ਗਏ ਨੇ। ਅੱਛਾ, ਹਾਂ ਵੈਸੇ ਓਨੇ ਇੰਨੀ ਛੇਤੀ, ਕਿਉਂਕਿ ਮੇਰੇ ਨਾਲ ਬਹੁਤ ਛੋਟਾ ਹੈ, ਹਾਂ ਛੋਟਾ ਹੈ ਮੇਰੇ, ਉਹਨਾਂ ਦੇ ਵੀ ਚਿੱਟੇ ਹੋ ਗਏ, ਲੈ ਉਹਦੀ ਦਾੜੀ ਵੀ ਚਿੱਟੀ ਹੋਈ ਹੈ, ਉਹਨਾਂ ਨੂੰ ਤਾਂ ਮੈਂ ਕਦੇ ਸਿਰ ਤੋਂ ਟੋਪੀ ਲਾਇਆ ਵੇਖਿਆ ਹੀ ਨਹੀਂ, ਦਾੜੀ ਵੀ ਚਿੱਟੀ ਨਾ, ਕਦੀ ਭਾਈ ਮੁਬੱਸ਼ਰ ਨੂੰ ਵੇਖਿਆ ਸਿਰ ਤੋਂ ਲਾਇਆ, ਅਤੇ ਨਾ ਹੀ ਕਦੀ ਉਹਨਾਂ ਨੂੰ ਵੇਖਿਆ, ਉਹਨਾਂ ਨੂੰ ਕਿਹਨਾਂ ਨੂੰ, ਹੈਂ ਮਾਮੂ ਬਾਪੂ, ਮਾਮੂ ਜੀ ਸ਼ੇਰ, ਹਾਂ ਹਾਂ ਭਾਈ ਦਸਰ ਕੇ ਵੀ ਦੇਖਿਆ ਮੈਨੇ, ਔਰ ਇਨ ਕੇ ਵੀ, ਪੰਜ ਸ਼ਾਦਾ ਕੇ ਵੀ। ਅੱਛਾ ਜੀ, ਮੈਂ ਅੱਗੇ ਨਾਲ ਸਿਹਤ ਮੇਰੀ ਸਹੀ ਹੋਈ, ਮੈਨੂੰ ਤਾਂ ਸਹੀ ਲੱਗਦੇ ਪਿਓ, ਨਹੀਂ ਨਹੀਂ ਮੈਨੂੰ ਪਰਸੋਂ ਫੋਨ 'ਤੇ ਆਖਿਆ ਸੀ ਮਾਮੀ ਆਓਗੇ ਨਾ ਤਾਂ ਤੁਸੀਂ ਖੁਸ਼ ਹੋਵੋਗੇ, ਮੇਰੀ ਮਾਂ ਨੇ ਬੜਾ ਮੇਰੀ ਕੇਅਰ ਕੀਤੀ, ਮੈਂ ਕਿਹਾ ਚਲੋ ਚੰਗੀ ਗੱਲ ਹੈ। ਕਦਸ ਕਹਿੰਦੇ ਨੇ ਮਾਂ ਨੂੰ ਆਹ ਆਪਣੇ ਮੂੰਹ 'ਚ ਨਾ ਪਾਨ ਕਰਨ, ਤੇਰੇ ਮੂੰਹ 'ਚ ਪਾਨ ਕਰਨ, ਆਪਣੀ ਬਾਜੀ ਦੀ ਬਹੁਤ ਸਿਹਤ ਸੀ ਨਾ ਫੈਜ਼ਾ, ਬੱਚਿਆਂ ਨੂੰ ਵੀ ਪੜ੍ਹਾਉਂਦੀ ਪੜ੍ਹਾਉਂਦੀ ਰਹੀ ਹੈ ਨਾ, ਅਤੇ ਮੈਂ ਤਾਂ ਦੋ ਤਿੰਨ ਦਫ਼ਾ ਮੇਰੀ ਗੱਲ ਹੋਈ ਹੈ, ਅਤੇ ਤਾਂ ਬਿਲਕੁਲ ਬੈੱਡ 'ਤੇ ਸੀ, ਕਹਿੰਦੀ ਸੀ ਮੇਰੀ ਤਬੀਅਤ, ਮੈਨੂੰ ਡਾਕਟਰ ਨੇ ਬੈੱਡ ਰੈਸਟ ਰੱਖਿਆ, ਬੜਾ ਉਰੇ ਬੇਹੋਸ਼ ਹੋ ਗਈ ਸੀ, ਬੜੀ ਕੇਅਰ ਕੀਤੀ ਆ, ਬੈੱਡ ਰੈਸਟ ਵੈਸੇ ਕਿੰਨਾ ਮਜ਼ਾ ਆਤਾ ਵਾ ਲੋਕਾਂ ਨੂੰ, ਨਹੀਂ ਇਹ ਹੁੰਦੀ ਹੈ ਅੱਲਾ ਰਹਿਮ ਕਰੇ, ਬੈੱਡ 'ਤੇ ਬੰਦਾ ਬਹਿ ਕੇ ਸੀਰੀਅਸਲੀ ਬੰਦਾ ਥੱਕ ਜਾਂਦਾ, ਇਹ ਬੁਖਾਰ ਹੋ ਨਾ ਤਾਂ ਬੰਦਾ ਅੱਕ ਜਾਂਦਾ, ਕਿਹੜੇ ਵੇਲੇ ਉੱਠੇ ਤਾਂ ਬੰਦਾ, ਮੇਰਾ ਦਿਲ ਕਰਦਾ ਪੂਰਾ ਦਿਨ ਲੇਟੀ ਰਹੋ, ਮੈਂ ਮਰ ਜਾ ਪਰਾਂ।
ਰੋਜ਼ੀ ਮਾਫ ਕਰੇ ਪੁੱਤਰ ਬਿਮਾਰਾਂ ਵਾਸਤੇ ਹੁੰਦੀ ਹੈ ਮੰਜੀ ਇਹ ਹਮਾਰੇ ਜਿਹੜੇ ਬਿਮਾਰ ਨੇ ਉਹਨਾਂ ਨੂੰ ਪੁੱਛ ਕੇ ਵੇ ਹਾਂ ਅੱਲਾ ਦਾ ਕਰੋੜਾਂ ਵਾਰੀ ਸ਼ੁਕਰ ਜੋ ਦਾਦੋ ਥੀ ਮੀਰਲ ਕੀ ਦਾਦੋ ਬਾਜੀ ਸੇ ਕਭੀ ਪੁੱਛਤੀ ਸਾਰਾ ਸਾਰਾ ਦਿਨ ਉਹ ਪਤਾ ਕਿਆ ਕਹਿਤੀ ਹੁੰਦੀ ਤੀ ਤੁਸੀਂ ਸਾਰੇ ਆ ਕੇ ਮੈਨੂੰ ਲਾਜ਼ਮੀ ਮਿਲ ਕੇ ਜਾਇਆ ਕਰੋ ਬਾਕੀ ਸਾਰੀਆਂ ਤਾਂ ਤੁਹਾਡੇ ਘਰ ਵੀ ਜਾ ਕੇ ਤਾਂ ਮਿਲ ਕੇ ਆ ਸਕਦੀਆਂ ਨੇ ਅਤੇ ਮੈਨੂੰ ਤੁਸੀਂ ਲਾਜ਼ਮੀ ਮੇਰੇ ਭਰਾ ਮੈਨੂੰ ਮਿਲ ਕੇ ਜਾਣ ਕਰਨ ਸਿਨਿਆ ਦਿੰਦੇ ਹੁੰਦੇ ਸਨ ਬੇਸ਼ੱਕ ਮੇਰੇ ਕੋਲ 10 ਮਿੰਟ ਵਾਸਤੇ ਆਈ ਹੋ ਲੇਕਿਨ ਮੈਂ ਟੋਰੇ ਨਹੀਂ ਜੀ ਸਕਦੀ ਕਿੰਨੇ ਮਿੰਟ ਹੋ ਗਿਆ ਯਾਰ ਬੜੀ ਹੈ ਯਾਰ ਮੇਰਾ ਇਹ ਕੰਧਾ ਥੱਕ ਗਿਆ ਇੱਕ ਸਾਈਡ ਕਾ।